ਸਸਿਕਾਲ ਦੋਸਤੋ ਸਵਾਗਤ ਕਰਦੇ ਹਾਂ ਜੀ ਸਾਰਿਆਂ ਦਾ ਤੁਹਾਡੇ ਆਪਣੇ YouTube ਚੈਨਲ ਪੀਬੀ ਗਿਆਨ ਵਿੱਚ ਸੋ ਦੋਸਤੋ ਸਭ ਤੋਂ ਪਹਿਲਾਂ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਬੈਲ ਆਈਕਨ ਦਾ ਬ按 ਜਰੂਰ ਦਬਾਇਓ ਤਾਂ ਤੁਹਾਡੇ ਸਾਡੇ ਹੋਰ ਮੌਲੀ ਅਗਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਜੀ ਸੋ ਦੋਸਤੋ ਹਾਜ਼ਰ ਹੋਏ ਜੀ ਇੱਕ ਹੋਰ ਨਵੀਂ ਵੀਡੀਓ ਲੈ ਕੇ ਜਿਹਦੇ ਵਿੱਚ ਆਪਾਂ ਗੱਲ ਕਰਾਂਗੇ ਇੰਡੀਅਨ ਆਰਮੀ ਦੀ ਭਰਤੀ ਬਾਰੇ ਸੋ ਦੋਸਤੋ ਇਹ ਜਿਹੜੀ ਭਰਤੀ ਆ ਰੁੜਕੀ ਸੈਂਟਰ ਦੀ ਭਰਤੀ ਆ ਬੰਗਾਲ ਇੰਜੀਨੀਅਰ ਗਰੁੱਪਰੀ ਭਰਤੀ ਏ ਤੇ ਇਹਦੇ ਵਿੱਚ ਕਿਹੜੇ ਕਿਹੜੇ ਕੈਂਡੀ ਸਭ ਤੋਂ ਪਹਿਲਾਂ ਤੁਹਾਨੂੰ ਜਾਣੂ ਕਰਵਾਉਣਾ ਹੈ ਨਿਊ ਸੈਨਿਕ ਪਬਲਿਕ ਅਕੈਡਮੀ ਦੇ ਨਾਲ ਦੋਸਤੋ ਜੇਕਰ ਤੁਸੀਂ ਵੀ ਫਿਜ਼ੀਕਲ ਟੈਸਟ ਦੀ ਤਿਆਰੀ ਕਰ ਰਹੇ ਹੋ ਜਾਂ ਫਿਰ ਕਰਨੀ ਹੈ ਤਾਂ ਦੋਸਤੋ ਨਿਊ ਸੈਨਿਕ ਪਬਲਿਕ ਅਕੈਡਮੀ ਤੁਹਾਡੇ ਲਈ ਬੈਸਟ ਆਪਸ਼ਨ ਹੋ ਸਕਦੀ ਹੈ ਦੋਸਤੋ ਇਹ ਅਕੈਡਮੀ ਗਵਰਨਮੈਂਟ ਵੱਲੋਂ ਅਪਰੂਵਡ ਆ ਸੋ ਇਹ ਬੈਸਟ ਆਪਸ਼ਨ ਹੋ ਸਕਦੀ ਹੈ ਤੁਹਾਡੇ ਲਈ ਦੋਸਤੋ ਇੱਥੇ ਜਿਹੜਾ ਹੈ ਕਿ ਤੁਹਾਨੂੰ ਫਿਜ਼ੀਕਲ ਟੈਸਟ ਮੈਡੀਕਲ ਟੈਸਟ ਅਤੇ ਰਿਟਨ ਟੈਸਟ ਦੀ ਤਿਆਰੀ ਜਿਹੜਾ ਹੈ ਕਿ ਕਰਵਾਈ ਜਾਂਦੀ ਆ 100% ਗਾਰੰਟੀ ਦੇ ਨਾਲ ਤੇ ਦੋਸਤੋ ਜਿਹੜੀ ਕਿ ਫੀਸ ਆ ਉਹ ਸਿਲੈਕਸ਼ਨ ਤੋਂ ਬਾਅਦ ਲਈ ਜਾਵੇਗੀ ਪਹਿਲਾਂ ਕੋਈ ਜ ਸੋ ਦੋਸਤੋ ਇਹ ਇੱਕ ਖਾਣ-ਪੀਣ ਤੇ ਰਹਿਣ ਦੀ ਸਹੂਲਤੀ ਵਾਲੇ ਕੇ ਬਹੁਤ ਵਧੀਆ ਕਾਸ ਪ੍ਰਬੰਧ ਕੀਤਾ ਹੋਇਆ ਵਾ ਦੋਸਤੋ ਇਹ ਜਿਹੜੀ ਅਕੈਡਮੀ ਹੈ ਇਹ ਪਟਿਆਲਾ ਡਿਸਟ ਨਾਬਾ ਦੇ ਵਿੱਚ ਅਵੇਲੇਬਲ ਹੈ ਤੁਸੀਂ ਇੱਕ ਵਾਰ ਜ਼ਰੂਰ ਕੰਟੈਕਟ ਕਰੋ ਤੇ ਬਾਕੀ ਜਿਹੜਾ ਹੈ ਕਿ ਸਕਰੀਨ ਦੇ ਉੱਤੇ ਨੰਬਰ ਦਿੱਤੇ ਹੋਏ ਨੇ ਜ਼ਿਆਦਾ ਜਾਣਕਾਰੀ ਲਈ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਜੇਕਰ ਤੁਸੀਂ ਮੈਨੂੰ ਕੁਝ ਪੁੱਛਣਾ ਹੈ ਤਾਂ ਇੰਸਟਾਗ੍ਰਾਮ ਦਾ ਲਿੰਕ ਜਿਹੜਾ ਕਿ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜਾਊਗਾ ਸੋ ਦੋਸਤੋ ਇਹ ਜਿਹੜੀ ਕਿ ਭਰਤੀ ਆ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਰੁੜਕੀ ਸੈਂਟਰ ਦੀ ਭਰਤੀ ਆ ਤੇ ਇੱਥੇ ਦੋਸਤੋ ਨੋਟੀਫਿਕੇਸ਼ਨ ਥੋ ਪੂਰੀ ਜਾਣਕਾਰੀ ਦਿੱਤੀ ਜਾਵੇ ਸੋ ਦੋਸਤੋ ਇੱਥੇ ਲਿਖਿਆ ਹੈ ਕਿ ਰਿਕਰੂਟਮੈਂਟ ਟ੍ਰੈਲੀ ਯੂਨਿਟ ਹੈੱਡ ਕੁਆਟਰ ਕੋਟਾ ਆਫ ਰਿਕਰੂਟਮੈਂਟ ਇੰਟੂ ਬੰਗਾਲ ਇੰਜੀਨੀਅਰ ਗਰੁੱਪ ਐਂਡ ਸੈਂਟਰ ਰੁੜਕੀ ਤੇ ਗਾੜੀ ਉਨਾਂ ਨੇ ਲਿਖਿਆ ਹੈ ਕਿ ਭਾਈ ਬੰਦੀ ਰਿਲੇਸ਼ਨ ਭਰਤੀ ਫਾਰ son of serviceman ex serviceman ਤੇ sportsman ਦੀ ਜਿਹੜੀ ਕਿ ਭਰਤੀ ਆ ਤੇ ਦੋਸਤੋ ਜਿਹੜਾ ਕਿ ਗਰਾਊਂਡ ਦਾ ਨੇਮ ਆ ਜੋ ਕਿ ਸੈਂਟਰ ਇੱਥੇ ਲਿਖਿਆ ਹੈ ਕਿ ਸੈਂਟਨਰੀ ਪੈਵਿਲਿਅਨ ਗਰਾਊਂਡ ਬੰਗਾਲ ਇੰਜੀਨੀਅਰ ਗਰੁੱਪ ਐਂਡ ਸੈਂਟਰ ਰੁੜਕੀ ਸੋ ਇੱਥੇ ਤੁਹਾਡੀ ਜਿਹੜੀ ਕਿ ਭਰਤੀ ਹੋਵੇਗੀ ਤੇ ਗਾੜੀ ਲਿਖਿਆ ਕਿ ਦਾ ਗੇਟ ਓਪਨਿੰਗ ਟਾਈਮਿੰਗ ਹੈਗੀ ਆ ਜੀ 4:30 4:30 ਵਜੇ ਜਿਹੜਾ ਕਿ ਗੇਟ ਦੀ ਓਪਨਿੰਗ ਹੋਵੇਗੀ ਤੇ 5:30 ਵਜੇ ਵਜੇਗਾ ਜਿਹੜਾ ਕਿ ਗੇਟ ক্লোਜ਼ ਕੀਤਾ ਜਾਵੇਗਾ ਸੋ ਇਥੇ ਦੋਸਤੋ ਮੈਂ ਵੀ ਕਹਿਣਾ ਚਾਹੁੰਗਾ ਕਿ ਜਿਹੜਾ ਕਿ ਸਪੋਰਟਸ ਪਰਸਨ ਐ ਸਪੋਰਟਮੈਨ ਜਿਹੜੀ ਉਹਨਾਂ ਦੀ ਪ੍ਰਤੀਲੰਗ ਚੁੱਕੀ ਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇੱਥੇ ਲਿਖਿਆ ਕਿ 5 ਅਕਤੂਬਰ ਤੋਂ 8 ਅਕਤੂਬਰ ਤੱਕ ਜਿਹੜਾ ਕਿ ਸਪੋਰਟਸਮੈਨ ਦੀ ਪ੍ਰਤੀ ਹੋਵੇਗੀ ਗਾੜੀਆਂ ਨਾਲ ਲਿਖਿਆ ਹੋਆ 5 ਅਕਤੂਬਰ ਨੂੰ ਬਾਸਕਟਬਾਲ ਐਂਡ ਫੁੱਟਬਾਲ ਪਲੇਅਰ ਦੀ 6 ਅਕਤੂਬਰ ਨੂੰ ਵਾਲੀਬਾਲ ਐਂ 7 ਅਕਤੂਬਰ ਨੂੰ ਹੈਂਡਬਾਲ ਐਂਡ ਐਥਲੈਟਿਕ ਦੀ ਤੇ 8 ਅਕਤੂਬਰ 2020 ਨੂੰ ਰੋਇੰਗ ਫੈਂਸਿੰਗ ਐਂਡ ਕੈਇੰਕਿੰਗ ਐਂਡ ਕੋਨਯਿੰਗ ਸੋ ਦੋਸਤੋ ਇਹ ਡੈਕ ਅਕਤੂਬਰ ਮਹੀਨੇ ਜਾਂ ਕਿ ਤੁਹਾਨੂੰ ਪਤਾ ਲੰਘ ਚੁੱਕਾ ਵਾ ਤੇ სპੋਰਟਸਮੈਨਾਂ ਦੀ ਲੰਘ ਚੁੱਕੀ ਹੈ ਤੇ ਬਾਕੀ ਜਿਹੜੇ ਰਿਲੇਸ਼ਨ ਵਾਲੇ ਨੇ ਉਹਨਾਂ ਨੇ ਦੋਸਤੋ 16 ਨਵੰਬਰ ਤੋਂ ਯਾਨੀ ਕਿ ਸਟਾਰਟ ਵਾ ਤੇ 16 ਨਵੰਬਰ ਨੂੰ ਹੈਗੀ ਹੈ ਜੀ ਉੱਤਰ ਪ੍ਰਦੇਸ਼ ਦੀ ਤੇ 17 ਨਵੰਬਰ ਨੂੰ ਹੈਗੀ ਹੈ ਜੀ ਪੰਜਾਬ ਦੀ ਤੇ 18 ਨਵੰਬਰ 2020 ਨੂੰ ਹੈਗੀ ਹੈ ਜੀ ਹਰਿਆਣਾ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਦੀ 19 ਨਵੰਬਰ 2020 ਨੂੰ ਹੈਗੀ ਜੀ ਉੱਤਰਾਖੰਡ ਰਾਜਸਥਾਨ ਬਿਹਾਰ ਅਸਾਮ ਉੜੀਸਾ ਵੈਸਟ ਬੰਗਾਲ ਦਿੱਲੀ ਕਰਨਾਟਕ ਆਂਧਰਾ ਪ੍ਰਦੇਸ਼ ਤਾਮਿਲਨਾਡੂ ਮੱਧ ਪ੍ਰਦੇਸ਼ ਗੁਜਰਾਤ ਮਹਾਰਾਸ਼ਟਰ ਤੇ ਦੋਸਤੋ 20 ਨਵੰਬਰ ਨੂੰ ਹੈਗੀ ਹੈ ਜੀ ਇੰਡੀਆ ਦੀ ਐਨੀ ਸਟੇਟ ਕੋਈ ਵੀ ਸਟੇਟ ਦਾ ਆ ਸਕਦਾ ਵ ਕੈਂਡੀਡੇਟ ਸੋਲਜਰ ਟ੍ਰੇਡਮੈਨ ਲਈ 뮤జిਸ਼ੀਅਨ ਲਈ ਓਪਨ ਟ੍ਰੈਲੀ ਫਾਰ ਪਰਸਨਸ ਵਿਦ ਟੈਲੈਂਟ ਐਂਡ ਪਲੇਇੰਗ ਮਿਊਜ਼ੀਕਲ ਇਨਸਟਰੂਮੈਂਟਸ ਸੋਸ਼ੀਓ ਮਿਊਜ਼ਿਕ ਦੇ ਜਿਹਨੂੰ ਕਿ ਇਨਸਟਰੂਮੈਂਟ ਜਿਹੜਾ ਕਿ ਆਉਣੇ ਹੁੰਦੇ ਹੁੰਦੇ ਹਣ ਵਜਾਉਣੇ ਤੇ ਜਾਂ ਫਿਰ ਜਿਹੜਾ ਕਿ ਇਹ ਚ ਲਿਖਿਆ ਹੈ ਕਿ ਟਰੇਡਮੈਨ ਦੀ ਭਰਤੀ ਹੈ ਕੋਈ ਵੀ ਜਿਹੜਾ ਕਿ ਜਿੰਨੇ ਵੇਖਣੀ ਆ ਤੇ ਕੋਈ ਵੀ ਸਟੇਟ ਦੇ ਇੰਡੀਆ ਦੇ ਵਿੱਚ ਜਿਹੜਾ ਕਿ 24 20 ਨਵੰਬਰ ਨੂੰ ਆ ਸਕਦੇ ਆ ਤੇ ਸੋ ਥੱਲੇ ਦੋਸਤੋ ਥੱਲੇ ਲਿਖਿਆ ਹੋਆ ਏਜ ਡੇਟ ਮੈਂਸ਼ਨ ਕੀਤੀ ਹੈ 17 ਤੋਂ 21 ਸਾਲ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਜੋ ਵੀ ਰਿਕੁਆਇਰਮੈਂਟ ਹੁੰਦੀ ਆ ਆਰਮੀ ਦੀ ਭਰਤੀ ਲਈ ਬਾਕੀ ਸਾਰਾ ਸੇਮ ਆਪਣੇ ਡਾਕੂਮੈਂਟ ਲੈ ਕੇ ਜਾਣੇ ਆ ਆਧਾਰ ਕਾਰਡ ਵਗੈਰਾ ਸਾਰੇ ਫਾਰਮ ਲੈ ਕੇ ਜਾਣ ਰੁੜਕੀ ਸੈਂਟਰ ਦੀ ਭਰਤੀ ਬੰਗਾਲ ਇੰਜੀਨੀਅਰ ਗਰੁੱਪ ਚ ਸੋ ਦੋਸਤੋ ਵੀਡੀਓ ਚੰਗੇ ਲੱਗੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੇਕਰ ਸਾਡੇ ਚੈਨਲ ਤੇ ਨਵੇਂ ਆਇਓ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਬੈਲ ਆਈਕਨ ਦਾ ਬਟਨ ਜ਼ਰੂਰ ਦਬਾਇਓ ਤਾਂ ਨੂੰ ਸਾਡੀ ਆਉਣ ਵਾਲੀ ਅਗਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਕਿਉਂਕਿ ਇਸ ਇਦਾਂ ਦੀਆਂ ਭਰਤੀ ਵਾਲੀਆਂ ਵੀਡੀਓ ਬਣਾ ਕੇ ਲੈ ਕੇ ਆਉਂਦੇ ਰਹਿੰਨੇ ਆ ਸੋ ਅੱਜ ਦੀ ਵੀਡੀਓ ਵਿੱਚ ਇਨਾ ਹੀ ਜਲਦ ਮਿਲਾਂਗੇ ਨਵੀਂ ਵੀਡੀਓ ਨਾਲ ਵੀਡੀਓ ਵੇਖਣ ਲਈ ਤੁਹਾਡਾ ਧੰਨਵਾਦ